ਆਪਣੇ YouTube ਚੈਨਲ ਬਾਈ ਬਾਈ ਟੈਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਦੱਸਾਂਗੇ ਏਅਰਪੋਡ ਜਨਰੇਸ਼ਨ 3 ਦੇ ਜਿਹੜੇ ਏਅਰਬਰਡ ਨੇ ਉਹਨਾਂ ਦੀ ਕੁਆਲਿਟੀ ਕਿੱਦਾਂ ਦੀ ਹੈ ਤੇ ਕਿੰਨੇ ਡਾਲਰ ਮਤਲਬ ਆਪਾਂ ਨੇ ਪੈਸੇ ਖਰਚੇ ਇਹਦੇ ਤੇ ਤੇ ਹੋਰ ਵੀ ਬਹੁਤ ਕੁਝ ਦੱਸਾਂਗੇ ਮਤਲਬ ਕੀ ਇਹਨਾਂ ਦਾ ਏਅਰਪੋਡ ਜਨਰੇਸ਼ਨ 2 ਨਾਲੋਂ ਫਰਕ ਹੈ ਕੀ ਆਵਾਜ਼ ਦਾ ਫਰਕ ਹੈ ਕੋਈ ਬੇਸ ਦਾ ਕਿੱਦਾਂ ਹੈ ਨਾ ਸਾਰਾ ਕੁਛ ਇਸ ਡਿਟੇਲ ਵੀਡੀਓ ਵਿੱਚ ਦੱਸਾਂਗੇ। ਚਲੋ ਕਰਦੇ ਹਾਂ ਸ਼ੁਰੂ ਇਹਨੂੰ। ਇਹ ਹੈ ਜੀ ਜਨਰੇਸ਼ਨ 3 ਦੇ ਏਅਰਪੋਡ ਦੀ ਡੱਬੀ ਕਹਿ ਲਓ ਬੋਕਸ ਕਹਿ ਲਓ ਦੇਖ ਲਓ ਮਤਲਬ ਲੈਮੀਨੇਸ਼ਨ ਆਪਾਂ ਨੇ ਪਹਿਲਾਂ ਹੀ ਕਰਵਾ ਦਿੱਤਾ ਸੀ ਕਿਉਂਕਿ ਇਸ ਜੋ ਇਹ ਡੱਬੀ ਹੈ ਨਾ ਮਤਲਬ ਇਹਦਾ ਥੋੜ੍ਹਾ ਸਾਈਜ਼ 'ਤੇ ਦੇਖੋਗੇ ਏਅਰਪੋਡ ਜਨਰੇਸ਼ਨ 2 ਨਾਲ ਦਾ ਹੀ ਹੈ ਬਟ ਉਹ ਆ ਜਿਹੜੀ ਉਹ ਲੰਬੇ ਲੋਟ ਹੁੰਦੀ ਆ ਇਹ ਥੋੜ੍ਹੀ ਟੇਢੀ ਲੋਟ ਹੈ। ਇੱਥੇ ਲਿਖਿਆ ਹੋਇਆ ਹੈ ਡਿਜ਼ਾਈਨ ਬਾਏ ਐਪਲ ਇਨ ਕੈਲੀਫੋਰਨੀਆ ਅਸੈਂਬਲ ਇਨ ਕੈਲੀਫੋਰਨੀਆ। ਦੇਖੋਗੇ ਤਾਂ ਤੁਸੀਂ ਜਿਹੜਾ ਸਾਈਜ਼ ਹੈ ਲਗਭਗ ਓਨਾ ਹੀ ਹੈ ਜਿਹੜਾ ਜਨਰੇਸ਼ਨ 2 ਦੇ ਕਹਿ ਲਓ ਵੀ ਸੇਮ ਸਾਈਜ਼ ਹੀ ਹੈ ਬਸ ਇਹ ਥੋੜ੍ਹਾ ਜਿਹਾ ਕਹਿ ਲਓ ਟੇਢੇ ਲੋਟ ਹੁੰਦਾ ਅਤੇ ਉਹ ਲੰਬੇ ਲੋਟ ਸੀਗੇ। ਦੇਖ ਸਕਦੇ ਹਾਂ ਬਿਲਡ ਕੁਆਲਿਟੀ ਬਹੁਤ ਸੋਹਣੀ ਹੁੰਦੀ ਇਹਨਾਂ ਦੀ ਡਿਜ਼ਾਈਨਡ ਐਪਲ ਇਨ ਕੈਲੀਫੋਰਨੀਆ ਅਸੈਂਬਲਡ ਇਨ ਚਾਈਨਾ ਸਾਰਾ ਮੋਸਟਲੀ ਜੋ ਅਸੈਂਬਲ ਹੈ ਚਾਈਨਾ ਹੀ ਹੁੰਦਾ ਠੀਕ ਹੈ ਨਾ ਅਤੇ ਇਹ ਇੰਡੀਅਨ ਏਅਰਪੋਰਟ ਨੇ ਜੀ ਠੀਕ ਹੈ ਜੋ ਅਤੇ ਇਹਨਾਂ ਦੀ ਲੈਮੀਨੇਸ਼ਨ ਕਰਵਾ ਲੈਣੀ ਚਾਹੀਦੀ ਟਾਈਮ ਨਾਲ ਕਿਉਂਕਿ ਇਹਨਾਂ ਦੇ ਉੱਤੇ ਜੋ ਸਕਰੈਚ ਨੇ ਬਹੁਤ ਜਲਦੀ ਪੈ ਜਾਂਦੇ ਨੇ। ਹੁਣ ਤੁਹਾਨੂੰ ਦਿਖਾਵਾਂ ਵਿੱਚੋਂ ਦੇਖੋ ਤੁਸੀਂ ਇਹ ਮਤਲਬ ਜਿੱਦਾਂ ਏਅਰਪੋਰਟ ਪ੍ਰੋ ਆਏ ਸੀ ਨਾ ਜੇ ਕਿਸੇ ਵੀਰ ਭਾਜੀ ਨੇ ਦੇਖੇ ਹੋਣਗੇ ਤੁਸੀਂ ਦੇਖੇ ਆ ਕਿ ਉਹ ਥੋੜ੍ਹੇ ਉਹਨਾਂ ਦੇ ਅੱਗੇ ਬਰਡਸ ਲੱਗੇ ਹੋਏ ਸੀਗੇ ਹਰ ਕਿਸੇ ਦੇ ਕੰਨ 'ਚ ਫਿੱਟ ਨਹੀਂ ਆਉਂਦੇ ਖਾਸ ਕਰ ਜਿਨ੍ਹਾਂ ਦੇ ਟਰਬਨ ਹੈ ਜਾਂ ਪੱਗ ਬੰਨਦੇ ਨੇ ਉਹਨਾਂ ਨੂੰ ਨਹੀਂ ਸੀ ਸਹੀ ਲੱਗਦਾ ਅਤੇ ਮਤਲਬ ਚੁੱਭਦੇ ਸੀ ਉਹ ਇਸ ਕਰਕੇ ਉਹਨਾਂ ਨੇ ਜਿਹੜਾ ਉਹਦਾ ਅਪਗ੍ਰੇਡ ਸੀ ਇਹ ਕੀਤਾ ਏਅਰਪੋਰਟ 3 ਠੀਕ ਹੈ ਨਾ ਤਾਂ ਇਹਨਾਂ ਦਾ ਜੋ ਰੇਟ ਆ 18,500 ਹੈ ਤੁਸੀਂ ਐਮਾਜ਼ੋਨ ਫਲਿੱਪਕਾਰਟ ਕਿਤੋਂ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਆਪਾਂ ਨੇ ਐਮਾਜ਼ੋਨ 'ਤੇ ਲੈਣਾ ਜਾਂ ਫਲਿੱਪਕਾਰਟ 'ਤੇ ਲੈਣਾ ਜਿੱਥੇ ਤੁਹਾਨੂੰ ਸਹੀ ਲੱਗਦਾ ਤੁਸੀਂ ਲੈ ਸਕਦੇ ਹੋ। ਅਤੇ ਇਹਨਾਂ ਦੀ ਇੱਕ ਹੋਰ ਖਾਸੀਅਤ ਕੀ ਹੈ ਕਿ ਇਹ ਹੁਣ ਤੁਹਾਨੂੰ ਮੈਂ ਕੱਟ ਕੇ ਦਿਖਾ ਦਿੰਦਾ ਤੁਸੀਂ ਦੇਖੋਗੇ ਇਹਦਾ ਸਾਈਜ਼ ਇਹਨਾਂ ਨੇ ਮਤਲਬ ਇਹ ਏਅਰਪੋਰਟ ਪ੍ਰੋ ਜ ਨਹੀਂ ਹੈ ਸਾਈਜ਼ ਬਹੁਤ ਛੋਟਾ ਅਤੇ ਮਤਲਬ ਸਹੀ ਹੈ ਅਤੇ ਇਹਦੇ ਆਪਾਂ ਕਹੀਏ ਇੱਥੇ ਸੈਂਸਰ ਲੱਗਿਆ ਹੁੰਦਾ ਇਸ ਚੀਜ਼ 'ਤੇ ਆਪਾਂ ਇਹਨੂੰ ਨੱਪਦੇ ਹਾਂ ਤਾਂ ਇਹਦੇ ਤੁਸੀਂ ਆਵਾਜ਼ ਵੱਧ ਘੱਟ ਕਹਿ ਲਓ ਹੈ ਨਾ ਫੋਨ ਚੱਕਣਾ ਕੱਟਣਾ ਜੋ ਵੀ ਤੁਸੀਂ ਆਪਣੀ ਕਮਾਂਡ ਸੈੱਟ ਕਰਨੀ ਹੈ ਅਤੇ ਕਰ ਸਕਦੇ ਹੋ। ਅਤੇ ਆ ਗਿਆ ਰਾਈਟ ਵਾਲਾ ਇਹ ਵੀ ਮਤਲਬ ਕੁਆਲਿਟੀ ਬਹੁਤ ਸੋਹਣੀ ਇਹਨਾਂ ਨੇ ਹਰ ਇੱਕ ਥਾਂ 'ਤੇ ਸੈਂਸਰ ਦਿੱਤਾ ਤੁਸੀਂ ਇੱਥੇ ਦੇਖ ਲਓ ਕਿਤੇ ਵੀ ਦੇਖ ਲਓ ਮਤਲਬ ਅਤੇ ਡੱਬੀ ਵਿੱਚ ਇਹਦੇ ਚਾਰਜ ਹੋਣ ਅਤੇ ਹਾਂ ਹੁਣ ਗੱਲ ਕਰ ਲਈਏ ਇਹਦੀ ਬੈਟਰੀ ਬੈਕਅਪ ਇਹਦਾ ਸਰ ਆਪਣਾ ਹੈਗਾ ਜੋ 30 ਘੰਟੇ ਦਾ ਲਗਭਗ ਹੈਗਾ ਮਤਲਬ ਇੱਕ ਵਾਰੀ ਆਪਾਂ ਚਾਰਜ ਕਰਦੇ ਹਾਂ ਤਾਂ 4 ਤੋਂ 5 ਘੰਟੇ ਆਰਾਮ ਨਾਲ ਕੱਢਦੇ ਆ ਅਤੇ ਘੱਟੋ ਘੱਟ 4 ਤੋਂ 5 ਵਾਰ ਆਪਾਂ ਇਹ ਇਸ ਡੱਬੀ ਰਾਹੀਂ ਇਸ ਬੋਕਸ ਰਾਹੀਂ ਚਾਰਜ ਕਰ ਸਕਦੇ ਹਾਂ। ਅਤੇ ਕੁਆਲਿਟੀ ਹੈ ਜੋ ਮਤਲਬ ਇਹਦੇ ਆਵਾਜ਼ ਦੀ ਉਹ ਤੁਸੀਂ ਸੁਣ ਕੇ ਦੇਖੋਗੇ ਤਾਂ ਮਤਲਬ ਬਹੁਤ ਵਧੀਆ ਕੁਆਲਿਟੀ ਹੈ ਕ੍ਰਿਸਪ ਕਲੀਅਰ ਆਵਾਜ਼ ਹੈ ਅਤੇ ਬੇਸ ਫੁੱਲ ਵਧੀਆ ਮਤਲਬ ਤੁਸੀਂ ਕਹੋਗੇ ਕਿ ਹਾਂ ਜਿਹੜੀਆਂ ਮਤਲਬ ਡਿਜੀਟਲ ਚੀਜ਼ਾਂ ਆਉਂਦੀਆਂ ਨੇ ਠੀਕ ਹੈ ਨਾ ਕੁਆਲਿਟੀ ਬਹੁਤ ਬੈਸਟ ਹੈ ਫੁੱਲ ਬੇਸ ਕਲੈਰਿਟੀ ਮਤਲਬ ਸਾਰਾ ਕੁਛ ਓਕੇ ਇੱਕਦਮ ਠੀਕ ਹੈ ਨਾ ਜੇ ਕਿਸੇ ਨੇ ਮਤਲਬ ਲੈਣੇ ਹੋਣ ਤਾਂ ਐਮਾਜ਼ੋਨ ਜਾਂ ਫਲਿੱਪਕਾਰਟ ਤੋਂ ਲੈ ਸਕਦਾ ਲਿੰਕ ਇਹਦਾ ਮੈਂ ਡਿਸਕ੍ਰਿਪਸ਼ਨ ਦੇ ਦਿੰਦਾ ਅਤੇ ਜੇ ਰੇਟ ਦੀ ਗੱਲ ਕਰੀਏ ਮੈਂ ਇਹ ਫਲਿੱਪਕਾਰਟ ਤੋਂ ਮੰਗਵਾਇਆ ਸੀ ਅਤੇ ਉਸ ਟਾਈਮ ਇਸਦਾ ਰੇਟ ਸੀਗਾ 18,500 ਤੁਸੀਂ ਦੇਖ ਸਕਦੇ ਹੋ ਅਕਤੂਬਰ ਈਅਰ ਦਾ ਬਣਿਆ ਹੋਇਆ ਅਤੇ 2021 ਦਾ ਠੀਕ ਹੈ ਨਾ ਅਤੇ ਇਹਦੇ ਵਿੱਚ ਇਨਕਲੂਡ ਕੀ ਹੁੰਦਾ ਇੱਕ ਤਾਂ ਇਹਦੇ ਵਿੱਚ ਆਪਣੇ ਹੁਣ ਤੁਹਾਨੂੰ ਦਿਖਾ ਦਾਂ ਅਤੇ ਲਿਆਉਂਦੇ ਆ ਕਾਗਜ਼ ਪੱਤਰ ਠੀਕ ਹੈ ਨਾ ਇਹਦੇ ਵਿੱਚ ਸੀਗਾ ਆਪਣਾ ਏਅਰਪੋਰਟਸ ਅਤੇ ਨੀਚੇ ਇਹਦੀ ਚਾਰਜਿੰਗ ਲਈ ਜੀ
जट केबल होंगी है, ठीक है, सी टाइप आती है वो भी। ये है जी अपना मैनुअल सेफ्टी हैंडलिंग वारंटी समर वगैरह सारा कुछ ये आ जाए, ठीक है ना। मैनुअल दस्या हुआ कि मतलब डबल प्रेस करके अगे स्किप कर सकते हो, फॉरवर्ड कर ट्रिपल नाल की होंगे, सीरी कि एक्टिवेट करनी है, सारा मैनुअल दिता हों कि कनैक्ट करना, ठीक है ना। कनैक्ट एयरपोर्ट, कनैक्ट लैस एयरपोर्ट, एयरपोर्ट फिर विंडन, ठीक है, टर्न ऑन ब्लूटूथ एयरपोर्ट्स, मतलब ये भी अपने लिए शौक लिए कोई मतलब इदा कोई कह ली मेरा कोई बड़ा बिजनेस नहीं, बट हाँ थोड़ा सी है भी कई बार किधर सफर से जाइए तो चंगा म्यूजिक सुना जाए तो वो ले सी, बट मैं थोड़ा जा इन्हों पग लॉन्च करके दिक्कत आती है। सो मैं एयरपोर्ट जनरेशन टू दोबारा लेने हैं, जो किसी ब्रदर ने लेने हो तो मेरे कंटैक्ट कर सकते हो जी। इदा का बक्स आता जी, ठीक है, सारा कुछ दिता हूँ, एयरपोर्ट इन कैलिफोर्निया सारा कुछ लिखा होता, मैक्सेफ चार्जिंग केस, ठीक है ना, पूरी डिटेल दी। अगर इन्होंने कंपेरिजन करा मतलब एयरपोर्ट जनरेशन टू न, तो मैं एयरपोर्ट जनरेशन टू वाले ज़्यादा बेस्ट लगे, एक तो नाले महंगे आ, ठीक है ना, तो उत्तों कह लो भी इन्हों की फिटिंग पग बिल्कुल मतलब सही होंगी, कोई इन्ना ज़्यादा औखी भी नहीं करती, बट फिर भी लाने करने पग वाले बंद बहुत औखे होंगे है। तो एयरपोर्ट जनरेशन टू ही दोबारा मैं लेने हैं, ठीक है ना। रेट का भी फर्क है, रेट 18500 के है, तो अजक मेरे हिसाब से एयरपोर्ट जनरेशन 9000 के लगभग मिल जाते हैं, तो ज़्यादा मतलब बजट भी वही आते हैं, ठीक है ना, फिटिंग भी वो सही है, तो आवाज़ का कोई 19-21 का फर्क होगा ज़्यादा नहीं, ये थोड़ी बेस भी ज़्यादा मतलब ठीक है, जिस हिसाब से तुम पैसे भी लगभग दुगने ला रहे हो तो थोड़ा मोटा फर्क हो तो कोई इशू नहीं चलूगा। ना नॉइज़ कैंसलेशन ऑन करते हो तो मतलब बाहर की आवाज़ बिल्कुल नहीं सुनाई दी, तो वो चीज़ें इन्होंने मतलब ये रिमूव कर दी, वो एयरपोर्ट जेडे मैक्स ने सिर्फ उन्होंने एयरपोर्ट मैक्स ने मतलब प्रो, हाँ जो मतलब टॉप मॉडल ने इन्हों 2020 आए थे, मे बी एयरपोर्ट 3 के दो मोड आते मोड आते, एक आते स्टीरियो मोड, ये की होंगे स्टीरियो मोड में जो तुम लैफ्ट वाले पास देखते हो तो लैफ्ट वाले कर्नर आवाज आँदी आँदी प्रतीत होंगी है, जे राइट वाले पास तो राइट वाले पास तुम आँदी प्रतीत होएगी। तो जो स्पेटियल मोड होंगे वो की होंगे तो मतलब अपने नॉर्मल जिदा हेडफोन आवाज आँदी चारे पासों आवाज़ प्रॉपर आएगी, तो तुम देख सकते हो वीडियो जिदा दिखाया जा रहा है कि तुम चारे पासों आवाज़ आएगी, तो तुम देख सकते हो कि होंगे बॉक्स के सारा कुछ ये दस्या गया। मैक्सेफ नाल भी 400 मतलब वायरलैस चार्जिंग सपोर्ट करता है, ठीक है जी। तो एक ये की है मतलब थोड़ा मोटा पानी लगे ना कुछ नहीं होगा, एक तरह वाटर रजिस्टेंट है, ठीक है ना जी। तो फ्लिपकार्ट 18500 का आ रहा है। सो ये अज की अपनी वीडियो, ठीक है, उम्मीद करता तुम्हें पसंद आई होगी, तो जिनी कोशिश हो सकी है मैं अपने वालों सारा कुछ दस दिता है, तो फिर भी जो कोई चीज़ तुहानू लगी रह गई है तो उसके लिए माफ़ी चाहते हैं। तो चैनल नू जरूर सबसक्राइब कर लियो, तो अपने दोस्तों मित्रों नाल जरूर शेयर करियो, ता जो आप पंजाबी विच अगे होर वधिया वधिया वीडियोज़ लैके आ सकीए। तो नाल आईफोन की डिटेल भी अपना शुरू करांगे, अजे फिलहाल एक दो वीडियो होर इस एक्सेसरी ती आनी है फिलहाल, तो कोशिश करांगे जल्दी तो जल्दी होर वीडियो लैके आ सकीए। सो वीडियो देखने लिए धन्यवाद, मिलते हैं किसी होर वीडियो में।